मैं थोड़ा प्रोग्राम सुन रहा सीगा जी। मैं असी तां कदे सोच भी नहीं सकते थोड़ा बेटा मतलब इन्ने छोटे बच्चिया च इस तरह दिया मतलब एहसास भी हो सकते ने। ते तुसी एक गल कीती, दो गल करदे आ भी जदों दो गल्लां कीतियां बहुत इंपॉर्टेंट, असी ओह गल्लां कदे सोचियां भी नहीं सीगियां जी। एक उहदे च तुसी की है भी जिम्मेवारी का एहसास करना ते जिम्मेवारी नूं समझना, उहदे लई अगे वधना। हाँ मेरे शायद शब्द होर तरह हो सकते ने, चलो ओह मैं करांगा। दूसरी गल तुसी कीती है भी जदों अपने राइट्स ने अधिकार ने जी ਉਹਦੇ ਲਈ ਜਦੋਂ ਛੋਟੇ ਹੁੰਦੇ ਤਾਂ ਅਸੀਂ ਤਾਂ ਇਹੀ ਸੋਚਦੇ ਆ, ਜਾਂ ਸਾਨੂੰ ਮਾਪਿਆਂ ਨੇ ਸਾਨੂੰ ਗੁਰਦੁਆਰਿਆਂ ਤੋਂ ਜਾਂ ਸਾਨੂੰ ਸਕੂਲਾਂ ਚੋਂ ਇਹੀ ਕਿਹਾ ਵੀ ਆਪਣੇ ਰਾਈਟਸ ਲਈ ਫਾਈਟ ਕਰਨੀ। ਪਰ ਨਹੀਂ ਇਹ ਇੱਕ ਜਿਹੜੀ ਤੁਸੀਂ ਨਵੀਂ ਥਿਉਰੀ ਦੱਸੀ ਹੈ ਬੜੀ ਵਧੀਆ ਲੱਗੀ ਮੈਨੂੰ ਅੱਜ। ਮੈਂ ਅਸੀਂ ਕਦੇ ਚੀਜ਼ ਸੋਚੀ ਨਹੀਂ, ਨਹੀਂ ਤੁਸੀਂ ਨਹੀਂ ਇਹਨੂੰ ਬੇਟਾ, ਥੋੜਾ ਜਿਹਾ ਇਲੈਬੋਰੇਟ ਕਰ ਸਕਦੇ? ਮੇਰਾ ਇਹ ਕੁਐਸਚਨ ਹੈ। ਜਿਹੜੇ 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 ਨਾ ਰਾਈਟਸ ਆ ਤੁਹਾਡੇ, ਜਿਹੜੇ ਹਾਂਜੀ ਹੱਕ ਆ ਤੁਹਾਡੇ, ਉਹ ਬਾਈ ਪ੍ਰੋਡਕਸ਼ਨ ਮਿਲਦੇ ਆ। ਮੈਂ ਆਫਲਾਈਨ ਜਾਣਾ, ਤੁਸੀਂ ਇਹਦਾ ਨਹੀਂ ਇਲੈਬੋਰੇਟ ਨਹੀਂ ਕਰਨਾ ਨਹੀਂ ਚਾਹੁੰਦਾ ਨਹੀਂ ਫੋਨ ਨਹੀਂ ਕਾਲ ਨਹੀਂ ਤੇ। ਤੁਸੀਂ ਤੁਸੀਂ ਇਦਾਂ ਨਹੀਂ ਗੱਲ ਬਣਨੀ, ਤੁਸੀਂ ਸੁਣੋਗੇ ਫਿਰ ਬਣਨੀ। ਤੁਸੀਂ ਕਿਹੜੇ ਕੰਟਰੀ 'ਚ ਆ? ਓਕੇ ਓਕੇ, ਮੈਂ ਕੈਨੇਡਾ 'ਚ ਹਾਂ। ਓਕੇ, ਕਿੰਨੇ ਸਾਲ ਹੋਏ ਗਿਆ ਨੂੰ? ਮੈਨੂੰ ਹੋ ਗਏ 3 ਸਾਲ ਹੋ ਗਏ। ਗੱਡੀ ਚਲਾਉਣ ਦਾ ਰਾਈਟ ਹੈਗਾ ਤੁਹਾਡੇ ਕੋਲ ਸੜਕ ਤੇ? ਹਾਂਜੀ। ਉਹਦੇ ਲਈ ਕਿੰਨੀ ਕੁ ਫਾਈਟ ਕਰਨੀ ਪਈ ਤੁਹਾਨੂੰ? ਪਹਿਲਾਂ ਆਪਾਂ ਇੰਡੀਆ 'ਚ ਚਲਾਉਂਦੇ ਰਹੇ ਤੇ ਫਿਰ ਇੱਥੇ ਆ ਕੇ ਬਿਲਕੁਲ ਓਪੋਜ਼ਿਟ ਸੀ, ਕਿਉਂਕਿ ਇੰਡੀਆ 'ਚ ਰਾਈਟ ਹੈਂਡ ਸੀਟਿੰਗ ਹੈ, ਇੱਥੇ ਲੈਫਟ ਹੈਂਡ ਸੀਟਿੰਗ ਹੈ। ਡਰਾਈਵਿੰਗ ਐਗਜੈਕਟਲੀ ਓਪੋਜ਼ਿਟ ਹੈ। ਮੋਰ ਓਵਰ ਇੱਥੇ ਜਿਹੜੇ ਰੂਲਸ ਰੈਗੂਲੇਸ਼ਨ ਕਾਫੀ ਸਟ੍ਰਿਕਟ ਨੇ ਜਿਹੜੇ ਫੋਲੋ ਕਰਨੇ ਪੈਂਦੇ ਨੇ। ਨਹੀਂ, ਸੜਕ ਕੈਨੇਡਾ ਦੇ ਵਿੱਚ ਸੜਕ ਤੇ ਗੱਡੀ ਚਲਾਉਣ ਲਈ ਤੁਹਾਨੂੰ ਕਿੰਨੀ ਕੁ ਫਾਈਟ ਕਰਨੀ ਪਈ? ਗੱਡੀ ਚਲਾਉਣ ਦਾ ਅਧਿਕਾਰ ਲੈਣਾ ਸੀ ਤੁਸੀਂ, ਉਹਦੇ ਲਈ ਕਿੰਨੀ ਕੁ ਲੜਾਈ ਲੜਨੀ ਪਈ ਤੁਹਾਨੂੰ? ਨਹੀਂ, ਮੈਨੂੰ ਨਹੀਂ ਲੱਗਦਾ ਕੋਈ ਲੜਾਈ ਲੜਨੀ ਪਈ, ਸਿਰਫ ਉਹਨਾਂ ਦੇ ਰੂਲਸ ਰੈਗੂਲੇਸ਼ਨ ਦੇ ਸਟੱਡੀ ਕੀਤੇ, ਲੈਸਨਸ ਲਏ ਤੇ ਜਿਹੜਾ ਟੈਸਟ ਹੋਇਆ ਪੀਅਰ ਹੋਏ, ਕਲੀਅਰ ਹੋ ਗਿਆ। ਓਕੇ, ਤੁਸੀਂ ਉੱਥੋਂ ਆਏ ਆ ਕੈਨੇਡਾ ਨੂੰ, ਇੰਡੀਆ ਤੋਂ? ਹਾਂਜੀ। ਤੇ ਜਹਾਜ਼ੇ ਚੜ੍ਹ ਕੇ ਆਉਣਾ ਸੀ ਤੁਸੀਂ? ਹਾਂਜੀ। ਇਹ ਹੱਕ ਬਣਦਾ ਤੁਹਾਡਾ, ਅੱਛਾ ਕਿਉਂਕਿ ਜੀ, ਤੁਹਾਡੇ ਕੋਲ ਵੀਜ਼ਾ ਆ, ਤੁਸੀਂ ਆਉਣਾ ਕੈਨੇਡਾ ਨੂੰ, ਤੁਹਾਡਾ ਹੱਕ ਆ। ਹਾਂਜੀ। ਉਹ ਹੱਕ ਲੈਣ ਲਈ ਕਿੰਨੀ ਲੜਾਈ ਲੜਨੀ ਪਈ ਤੁਹਾਨੂੰ? ਲੜਾਈ ਨਹੀਂ ਸੀ, ਉਹ ਮਿਹਨਤ ਕਰਨੀ ਪਈ ਹੈ, ਜੋ ਰੂਲਸ ਰੈਗੂਲੇਸ਼ਨ ਨੇ ਉਹਨਾਂ ਨੂੰ ਫੋਲੋ ਕਰਨਾ ਪਿਆ, ਉਹਦੇ ਲੈਵਲ ਤੱਕ ਪਹੁੰਚ ਕੇ ਉਹ ਅਸੀਂ ਸ਼ੋਅ ਕੀਤਾ, ਕਲੀਅਰ ਹੋ ਬਸ। ਗਿਆ, ਸਾਨੂੰ ਵੀਜ਼ਾ ਮਿਲ ਉਹ ਗਿਆ। ਜਿਹਨੂੰ ਜਿਹਨੂੰ ਮਿਹਨਤ ਕਹਿੰਦੇ ਆ ਨਾ ਤੁਸੀਂ, ਹਾਂਜੀ, ਉਹ ਅਸਲ ਵਿੱਚ ਤੁਹਾਡੇ ਫਰਜ਼ ਆ। ਅੱਛਾ ਜੀ। ਹੁਣ ਕੈਨੇਡਾ ਦਾ ਕਾਨੂੰਨ ਇਹ ਕਹਿੰਦਾ ਕਿ ਜੇ ਤੂੰ ਸੜਕ ਤੇ ਗੱਡੀ ਚਲਾਉਣ ਦਾ ਅਧਿਕਾਰ ਲੈਣਾ ਚਾਹੁੰਦਾ ਆ ਨਾ, ਤੂੰ ਘਰ ਬੈਠ ਕੇ ਰੌਲਾ ਨਾ ਪਾਈ ਜਾਈ ਕਿ ਗੋਰਿਆਂ ਨੂੰ ਗੱਡੀ ਚਲਾਉਣ ਦਾ ਅਧਿਕਾਰ ਆ, ਜਿਹੜੇ ਪੁਰਾਣੇ ਬੰਦੇ ਉਹ ਗੱਡੀਆਂ ਚਲਾਈ ਫਿਰਦੇ, ਸਾਨੂੰ ਚਲਾਉਣ ਨਹੀਂ ਦਿੰਦੇ। ਦੇਖ, ਦਫ਼ਤਰ ਨੂੰ ਕਰ ਫੋਨ, ਉਹਨਾਂ ਤੋਂ ਥਿਊਰੀ ਦੀ ਕਿਤਾਬ ਲੈ ਲਾ, ਨਿਯਮਾਂ ਨੂੰ ਸਮਝ ਲਾ, ਫੀਸ ਭਰ ਦੇ, ਥਿਊਰੀ ਦਾ ਟੈਸਟ ਦੇ ਦੇ, ਉਹਨਾਂ ਨਾਲ ਅਪਾਇੰਟਮੈਂਟ ਬਣਾ ਲਾ, ਗੱਡੀ ਚਲਾਉਣੀ ਸਿੱਖ ਲਾ, ਆਪਣਾ ਪ੍ਰੈਕਟੀਕਲ ਟੈਸਟ ਦੇ ਦੇ, ਜਿੱਦਣ ਪਾਸ ਹੋ ਗਿਆ ਲਾਇਸੈਂਸ ਮਿਲ ਜਾਣਾ ਤੈਨੂੰ। ਬਿਲਕੁਲ। ਹੁਣ ਇਹ ਨੁਕਤਾ ਸਾਰੀ ਜਗ੍ਹਾ ਕੰਮ ਕਰਦਾ, ਆਪਣੇ ਫਰਜ਼ਾਂ ਦੀ ਪੂਰਤੀ ਕਰ ਦਿਓ, ਤੁਹਾਨੂੰ ਅਧਿਕਾਰ ਮਿਲ ਜਾਣਾ ਹੈ। ਠੀਕ ਹੈ। ਅਸੀਂ ਕਿਤੇ ਵੀ ਹੋਈਏ, ਸਾਨੂੰ ਸਾਨੂੰ ਇਹ ਜਿੱਦਾਂ ਸਿਖਾਇਆ ਗਿਆ ਆ, ਅਸੀਂ ਨਾ ਐਕਸਪਲੋਇਟੇਸ਼ਨ ਹੋਣ ਤੋਂ ਡਰਦੇ ਹਾਂ। ਜਿੰਨੇ ਛੋਟੇ ਲੋਕ ਹੁੰਦੇ ਨਾ, ਜਿੰਨੇ ਗੁਲਾਮ ਲੋਕ ਹੁੰਦੇ ਆ, ਉਹਨਾਂ ਨੂੰ ਭੜਕਾਉਣ ਲਈ ਉਹਨਾਂ ਦੇ ਆਗੂ ਉਹਨਾਂ ਦੇ ਕੰਨਾਂ 'ਚ ਇੱਕ ਗੱਲ ਪਾਉਂਦੇ ਆ ਵੀ ਇਹ ਜਿਹੜੀ ਵੱਡੀ ਧਿਰ ਆ, ਜਿੱਦਾਂ ਦੇਖੋ ਇੰਡੀਆ ਦੇ ਵਿੱਚ ਆ, ਇੱਕ ਵੱਡੀ ਧਿਰ ਆ, ਮੰਨ ਲਓ ਇੱਕ ਵੱਡੀ ਪਾਰਟੀ, ਇੱਕ ਛੋਟੀ ਪਾਰਟੀ ਆ। ਓਕੇ, ਛੋਟੀ ਪਾਰਟੀ ਨੇ ਆਪਣੇ ਲੋਕਾਂ ਤੋਂ ਵੋਟਾਂ ਲੈਣ ਲਈ ਜਿਹੜੇ ਉਹਨਾਂ ਨੂੰ ਝਾਂਸੇ ਦੇਣੇ ਆ ਨਾ, ਉਹਨਾਂ 'ਚ ਸਭ ਤੋਂ ਵੱਡਾ ਝਾਂਸਾ ਇਹ ਦੇਣਾ ਵੀ ਜਿਹੜੀ ਇਹ ਵੱਡੀ ਪਾਰਟੀ ਆ ਨਾ, ਇਹ ਤੁਹਾਨੂੰ ਲੁੱਟਦੀ ਆ, ਤੁਹਾਨੂੰ ਖਾ ਲਿਆ ਇਹਨੇ। ਅੱਛਾ ਜੀ। ਤੁਹਾਨੂੰ ਇਹਨੇ ਲੁੱਟ ਕੇ ਖਾ ਲਿਆ, ਤੁਹਾਡਾ ਪੈਸਾ ਖਾ ਰਹੇ ਆ, ਤੁਹਾਡੀਆਂ ਔਰਤਾਂ ਦਾ ਸ਼ੋਸ਼ਣ ਕਰਦੇ ਆ, ਐਂ ਕਰਦੇ, ਧੱਕਾ ਕਰਦੇ, ਤੁਹਾਡੀ ਮਿਹਨਤ ਦਾ ਫਲ ਨਹੀਂ ਦਿੰਦੇ, ਤੁਸੀਂ ਮੈਨੂੰ ਵੋਟਾਂ ਦਿਓ ਫਿਰ ਮੈਂ ਦਵਾਉਂਗਾ ਤੁਹਾਨੂੰ। ਉਹ ਜਿਹੜੇ ਆਗੂ ਆ ਨਾ, ਉਹਨਾਂ ਲਈ ਸਭ ਤੋਂ ਵੱਡਾ ਹਥਿਆਰ ਆਮ ਲੋਕਾਂ ਨੂੰ ਭੜਕਾਉਣ ਲਈ ਇਹ ਹੁੰਦਾ। ਤੁਸੀਂ ਨਾ ਜਿਹੜੀਆਂ ਕਮਿਊਨਿਟੀਆਂ ਜਦੋਂ ਅੱਤਵਾਦੀ ਹਮਲੇ ਹੁੰਦੇ ਆ, ਉਹ 'ਚ ਜਿਹੜੇ ਛੋਟੇ ਛੋਟੇ ਬੱਚਿਆਂ ਨੂੰ ਤਿਆਰ ਕਰਦੇ ਆ,
ਆ ਜਿਹੜੇ ਜਿੱਦਾਂ ਅੰਬੇਦਕਰ ਦੇ ਨਾਂ ਤੇ ਜਿਹੜੀਆਂ ਸੰਸਥਾਵਾਂ ਬਣੀਆਂ ਉਹ ਜਿਹੜੀ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਨਾ, ਜੇ ਕਿਤੇ ਇਮਾਨਦਾਰੀ ਨਾਲ ਉਹ ਦੱਸ ਦੇਣ ਬੱਚੇ ਆ ਕੇ ਵੀ ਸਾਨੂੰ ਆਹ ਕੁਛ ਦੱਸਿਆ ਜਾਂਦਾ। ਉਹਨਾਂ ਦੇ ਦਿਮਾਗ ਦੇ ਵਿੱਚ ਇਹ ਪਾਇਆ ਜਾਂਦਾ ਵੀ ਤੁਹਾਡੇ ਵੱਡੇ ਵਡੇਰਿਆਂ ਨਾਲ ਇਹਨਾਂ ਲੋਕਾਂ ਨੇ ਬਹੁਤ ਧੱਕੇ ਕੀਤੇ ਆ। ਅੱਛਾ ਜੀ। ਜਿਸ ਕਰਕੇ ਉਹ ਆਪਣੇ ਆਪ ਚ ਇੰਨੇ ਡਰੇ ਹੋਏ ਹੁੰਦੇ, ਸ਼ਰਿੰਕ ਹੋਏ ਹੁੰਦੇ ਆ ਕਿ ਜੇ ਮੈਂ ਇਹਦਾ ਵਿਰੋਧ ਨਾ ਕੀਤਾ ਨਾ ਇਹਨ ਲੁੱਟ ਲੈਣਾ ਮੈਨੂੰ। ਓਕੇ। ਹੁਣ ਉਹ ਬੰਦਿਆਂ ਨੂੰ ਤੁਸੀਂ ਕੰਮ ਤੇ ਵੀ ਕਈ ਬੰਦੇ ਇਸ ਬਿਰਤੀ ਦੇ ਹੁੰਦੇ, ਤੁਹਾਨੂੰ ਆਲੇ ਦੁਆਲੇ ਦਿਸੂਗੇ, ਉਹਨਾਂ ਕਿਤੇ ਕੰਮ ਕਰਦੇ ਮੰਨ ਲਓ, ਉਹਨਾਂ ਨੂੰ ਤੁਸੀਂ ਉਹਨੂੰ ਜ਼ਿੰਮੇਵਾਰੀ ਦਿੱਤੀ ਆ, ਉਹਨੂੰ ਜਾ ਕੇ ਸਹਿ ਸਵਾਈ ਪੁੱਛ ਲਓ ਨਾ ਵੀ ਕਿੰਨਾ ਕੁ ਕੰਮ ਰਹਿ ਗਿਆ ਹੁਣ। ਉਹ ਉਹਦਾ ਜਵਾਬ ਦੇਣ ਦੀ ਬਜਾਏ ਤੁਹਾਡੇ ਨਾਲ ਲੜਨੇ ਨੂੰ ਤਿਆਰ ਹੋ ਜਾਊਗਾ ਵੀ ਮੈਨੂੰ ਕਾਹਦੇ ਪੁੱਛੀ ਜਾਂਦਾ ਵਾਰ ਵਾਰ, ਉਹ ਫਲਾਨਾ ਕੀ ਕਰਦਾ ਉਹਨੂੰ ਦੇਖਦਾ ਨਹੀਂ। ਉਹਦੇ ਵਿੱਚ ਉਹਦੀ ਬਿਰਤੀ ਦੇ ਅੰਦਰ ਉਹ ਡਰ ਪਿਆ ਆ, ਉਹ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਨਹੀਂ ਹੈਗਾ, ਹੱਕਾਂ ਪ੍ਰਤੀ ਸੁਚੇਤ ਆ। ਦੂਜੇ ਦੇ ਵਿੱਚ ਅਸੀਂ ਜਿੱਪ ਦੇਖੀ, ਕਦੇ ਜਿੱਪ ਲਾ ਕੇ ਦੇਖਿਓ ਕਦੇ, ਇਦਾਂ ਜੈਕਟ ਦੀ ਜਦੋਂ ਜਿੱਪ ਲਾਉਂਦੇ ਨਾ ਉਹਦੇ ਦੰਦਿਆਂ ਨੂੰ ਆਪਸ ਵਿੱਚ ਇੱਕ ਦੂਜੇ ਦੇ ਵਿੱਚ ਮਰਜ ਹੁੰਦਿਆਂ ਨੂੰ ਦੇਖਿਓ, ਵੀ ਜਾਣੀ ਇੱਕ ਦੰਦਾ ਪਿੱਛੇ ਆ ਦੂਜਾ ਗਾਹਾਂ ਨੂੰ ਹੋ ਗਿਆ। ਉਹ ਤੋਂ ਬਾਅਦ ਜਿਹੜਾ ਹੁਣ ਜੇ ਖੱਬੇ ਪਾਸੇ ਵਾਲਾ ਗਾਹਾਂ ਹੋ ਗਿਆ ਤੇ ਉਹ ਤੋਂ ਅੱਗੇ ਸੱਜੇ ਆ ਜਿਹੜਾ ਆਪਣੇ ਆਪ ਹੀ ਗਾਹਾਂ ਹੋ ਜਾਂਦਾ। ਹੁਣ ਜੇ ਤੁਹਾਡੀ ਆਵਾਜ਼ ਵੀਰੇ ਬਹੁਤ ਘੱਟ ਗਈ। ਹੁਣ ਉਹ ਜੇ ਅਸੀਂ ਸਮਾਜ ਦੇ ਵਿੱਚ ਵੀ ਨਾ, ਸਮਾਜ ਸਾਡਾ ਸੋਹਣਾ ਤਾਂ ਬਣ ਸਕਦਾ ਆ ਜੇ ਅਸੀਂ ਫਰਜ਼ਾਂ ਪ੍ਰਤੀ ਸੁਚੇਤ ਹੋਵਾਂਗੇ। ਰਾਈਟ। ਇਹਨੂੰ ਕਿਤੇ ਵੀ ਲਾ ਲਿਓ, ਸਾਨੂੰ ਇੰਡੀਆ ਦੇ ਵਿੱਚ ਸਾਨੂੰ ਉਹ ਗੁਲਾਮੀ ਦਾ ਹਮੇਸ਼ਾ ਤੋਂ ਜਾਣੀ ਆਪਣੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖੁੱਸ ਜਾਣ ਤੋਂ ਬਾਅਦ ਪੰਜਾਬੀਆਂ ਦੇ ਕੰਨਾਂ ਵਿੱਚ ਇਹੀ ਪਾਇਆ ਗਿਆ ਆ ਵੀ ਤੁਹਾਨੂੰ ਲੁੱਟ ਕੇ ਖਾ ਗਿਆ। ਪਹਿਲਾਂ ਗੋਰਿਆਂ ਦਾ, ਮੁੜ ਕੇ ਹਿੰਦੂਆਂ ਦੇ ਬਾਰੇ। ਇਸ ਕਰਕੇ ਅਸੀਂ ਕਿਤੇ ਵੀ ਇਹ ਨਹੀਂ ਸੋਚਿਆ ਵੀ ਮੇਰੇ ਫਰਜ਼ ਕੀ ਆ, ਮੈਂ ਆਪਣੇ ਫਰਜ਼ ਨਿਭਾਵਾਂ। ਜਿਹੜਾ ਬੰਦਾ ਵੀਰਾ ਫਰਜ਼ ਨਿਭਾਉਣ ਵਾਲਾ ਹੁੰਦਾ ਨਾ, ਜੇ ਉਹਨੂੰ ਹੱਕ ਨਾ ਮਿਲੇ, ਜੇ ਇੱਕ ਵਾਰ ਤੁਸੀਂ ਦੇਖ ਲਿਓ ਕਿਤੇ ਕੋਈ ਬੰਦਾ ਹੋਵੇ ਤੁਹਾਡਾ ਵਾਕਫ, ਉਹ ਲਾਇਸੈਂਸ ਲੈਣ ਲਈ ਆਪਣਾ ਜਿਹੜਾ ਰਿਟਨ ਟੈਸਟ ਆ ਉਹ ਵੀ ਪਾਸ ਕਰ ਦੇਵੇ, ਪ੍ਰੈਕਟੀਕਲ ਵੀ ਕਰ ਦੇਵੇ, ਉਹਦੇ ਕੋਲ ਰਸੀਦ ਹੋਵੇ ਤੇ ਲਾਇਸੈਂਸ ਉਹਦਾ ਘਰ ਨਾ ਪਹੁੰਚੇ, ਉਹਨੂੰ ਦੇ ਦੇਵੇ ਕਿਤੇ ਪੁਲਿਸ ਵਾਲਾ ਟਿਕਟ। ਜੇ ਉਹ ਕੱਲਾ ਵੀ ਕੋਰਟ ਚਲਾ ਗਿਆ ਨਾ, ਕੱਲਾ ਵੀ ਉਹ ਤਰੀਕਾ ਲੈ ਕੇ ਚਲ ਗਿਆ ਵੀ ਇੰਨੀ ਤਰੀਕ ਨੂੰ ਮੈਂ ਰਿਟਨ ਟੈਸਟ ਦੇ ਕੇ ਆਇਆ, ਇੰਨੀ ਤਰੀਕ ਨੂੰ ਪ੍ਰੈਕਟੀਕਲ ਦੇ ਕੇ ਆਇਆ, ਆਹ ਮੇਰੇ ਕੋਲ ਰਸੀਦ ਆ, ਉਹਨੇ ਕਿਹਾ ਸੀ 20 ਦਿਨ ਚ ਲਾਇਸੈਂਸ ਆ ਜਾਊਗਾ, 20 ਦਿਨ ਹੋ ਗਏ ਮੈਨੂੰ ਆਹ ਪਰਚੀ ਵਰਤਦੇ ਨੂੰ, 2 ਮਹੀਨੇ ਤੱਕ ਮੇਰਾ ਲਾਇਸੈਂਸ ਨਹੀਂ ਆਇਆ, ਇਸ ਬੰਦੇ ਨੇ ਮੈਨੂੰ ਟਿਕਟ ਦੇ ਦਿੱਤੀ ਆ, ਤੁਸੀਂ ਦੇਖ ਲਿਓ ਜਾਂ ਮਾਫ਼ ਕਰੂਗੇ ਨਹੀਂ ਤਾਂ ਅਗਲੇ ਇੱਕਦਮ ਸਿਸਟਮ ਨੂੰ ਠੋਕ ਦੇਣਗੇ ਉਹ। ਜਿੱਥੇ ਫਰਜ਼ ਪੂਰੇ ਕੀਤੇ ਹੋ ਨਾ ਤੁਸੀਂ, ਉੱਥੇ ਤੁਹਾਡਾ ਹੱਕ ਨਹੀਂ ਕੋਈ ਵੀ ਖੋ ਸਕੂਗਾ, ਕਿਉਂਕਿ ਨਹੀਂ ਤਾਂ ਸਮਾਜ ਚੱਲਣੇ ਨਹੀਂ। ਰਾਈਟ। ਹੁਣ ਉਹਦੇ ਵਿੱਚ ਸਾਨੂੰ ਉਹ ਸਾਨੂੰ ਬਰਦਾਸ਼ਤ ਕਰਨਾ ਪੈਣਾ, ਪਹਿਲ ਸਾਨੂੰ ਕਰਨੀ ਪੈਣੀ ਆ। ਅਸੀਂ ਕਹਿੰਦੇ ਹਾਂ ਪਹਿਲਾਂ ਗਰੰਟੀ ਦੇ ਮੇਰੇ ਹੱਕ ਮਿਲੂਗੇ ਫਿਰ ਫਰਜ਼ ਪੂਰੇ ਕਰੂੰਗਾ ਮੈਂ। ਰਾਈਟ। ਠੀਕ ਹੈ। ਉਹ ਨਹੀਂ, ਉਹ ਤਾਂ ਬੜਾ ਸਿੱਧਾ ਜਿਹਾ ਆਇਆ, ਜਾਣੀ ਤੁਸੀਂ ਕਿਸੇ ਵੀ ਕੰਮ ਤੇ ਕੋਈ ਮੈਨੂੰ ਕੰਮ ਦੱਸ ਦਿਓ ਜਿਹਦੇ ਉੱਤੇ ਆਪਣੇ ਹੈਸ ਮੁਲਕ ਦੇ ਵਿੱਚ ਜਿੱਥੇ ਤੁਹਾਨੂੰ ਆਪਣੇ ਹੱਕਾਂ ਦੇ ਲਈ ਰੌਲਾ ਪਾਉਣਾ ਪਿਆ ਹੋਵੇ। ਨਹੀਂ ਪਰ ਅਸੀਂ, ਮੈਂ ਜਿਹੜੀ ਤੁਹਾਨੂੰ ਗੱਲ ਦੱਸੀ ਨਾ ਵੀ ਆਪਾਂ ਇਹੀ ਕਰਦੇ ਰਹੇ ਹਾਂ, ਰਾਈਟਸ ਦੀ ਅਸੀਂ ਲੜੀਏ ਲੜੀਏ ਲੜੀਏ, ਨਹੀਂ ਉਹ ਜ਼ਿੰਮੇਵਾਰੀਆਂ ਤੋਂ ਸ਼ਾਇਦ ਪਿੱਛੇ ਹਟ ਜਾਂਦੇ ਹਾਂ। ਨਹੀਂ ਉਹਦੇ ਚ ਮੈਂ ਦੱਸਿਆ ਨਾ ਤੁਹਾਨੂੰ, ਸਾਨੂੰ ਡਰ ਇਹ ਲੱਗਦਾ ਆ ਵੀ ਸਾਡਾ ਐਕਸਪਲੋਇਟੇਸ਼ਨ ਹੋ ਰਿਹਾ ਆ। ਠੀਕ ਹੈ। ਸਾਨੂੰ ਇਹ ਲੱਗਦਾ ਵੀ ਜੇ ਨਾ ਮੈਂ ਆਪਣਾ ਫਰਜ਼ ਨਿਭਾ ਦਿੱਤਾ, ਜੇ ਮੈਂ ਇਹ ਕੰਮ ਕਰ ਦਿੱਤਾ ਤਾਂ ਇਹਨੀ ਵਾਰ ਵਾਰ ਮੈਨੂੰ ਹੀ ਕਹਿਣ ਲੱਗ ਪੈਣਾ ਫਿਰ।
हाँ जी बिल्कुल, या तो आंदा वार वार मैनू कहना जां फिर मैनू टाइम वध लाऊगा मैनू अगले स्टेप ते नहीं जा पाउणा जां मैनू पे घट कर रहा इस तरह दे दिमाग आउंदे ने बस। जद के चाहीदा ए आ जिहड़ा ना समाज सोहणा आ लगदा। तुसी किहड़े शहर विच आ? मैं ब्रैम्पटन च आ। ਟੋਰਾਂਟੋ ਚ ਆ ਨਾ? ਹਾਂਜੀ। ਹੁਣ ਜਿਹੜਾ ਤੁਹਾਡਾ ਮੋਟਰਵੇ ਆ ਹਾਈਵੇ ਆ ਤੁਹਾਡਾ, ਹਾਂਜੀ, ਇਹ ਪਹਿਲੀ ਵਾਰ ਇਹਦਾ ਨੀਂਹ ਪੱਥਰ ਕਿਹਨੇ ਰੱਖਿਆ, ਕਾਢ ਕਿਹਨੇ ਕੱਢੀ ਹੋਊਗੀ, ਕਿਹਨੇ ਸੋਚਿਆ ਹੋਊਗਾ ਵੀ ਇੱਦਾਂ ਬਣਨਾ ਚਾਹੀਦਾ? ਨਹੀਂ ਇਹਦੇ ਲਈ ਆਪਾਂ ਸੋਚਿਆ ਨੀ, ਨਾ ਕਦੇ ਦੇਖਿਆ, ਸਿਰਫ ਆਪਾਂ ਕਿਤੇ ਚਲਾਉਣੀ ਸ਼ੁਰੂ ਕਰਤੀ। ਕਿਤੇ ਨਾਂ ਪੜ੍ਹ ਕੇ ਦੇਖਿਓ ਉਹਦਾ। ਓਕੇ। ਕਿਤੇ ਮੋਟਰਵੇ ਤੇ ਲੱਭਿਓ ਨਾ ਉਹਦਾ ਹਾਈਵੇ ਤੇ, ਰਾਈਟ, ਪੇਦਾ ਲਿਖਿਆ ਹੋਵੇ ਕਿਤੇ, ਬੋਰਡ ਲੱਗਾ ਹੋਵੇ। ਮੈਨੂੰ ਨਹੀਂ ਲੱਗਦਾ ਕੋਈ ਬੋਰਡ ਲੱਗਿਆ, ਬਟ ਜਿੰਨਾ ਕੰਪਲੈਕਸ ਹਾਈਵੇ ਜਾਂ ਬਣਿਆ ਮੈਨੂੰ ਨਹੀਂ ਲੱਗਦਾ ਇੱਕ ਬੰਦੇ ਦੀ ਉਪਜ ਵੀ ਹੋ ਸਕਦੀ। ਆਈ ਡੋਂਟ ਥਿੰਕ। ਮੈਂ ਕਹਿੰਦਾ ਕੋਈ ਹੋਰ ਹੋਵੇ ਵੀ ਤੁਹਾਨੂੰ ਨਾ ਉਹ ਜਿਹੜਾ ਵੀ ਤੁਹਾਨੂੰ ਨਾ ਆਲੇ ਦੁਆਲੇ ਵਧੀਆ ਵਧੀਆ ਲੱਗਦਾ ਆ, ਤੁਹਾਨੂੰ ਪਤਾ ਲੱਗ ਜਾਣਾ ਆ ਕਿ ਉਹ ਬੰਦਿਆਂ ਦਾ ਨਾਂ ਹੀ ਹੈ ਨਹੀਂ ਕਿਤੇ। ਹਾਂਜੀ, ਮਤਲਬ ਉਹ ਬੰਦੇ ਆ ਜਿਨ੍ਹਾਂ ਨੇ ਬਿਨਾਂ ਇਸ ਭੁੱਖ ਦੇ ਕੰਮ ਕੀਤਾ ਕਿ ਮੇਰਾ ਨਾਂ ਹੋਵੇ। ਰਾਈਟ ਰਾਈਟ। ਜਿਹੜੇ ਦੇਸ਼ ਸੋਹਣੇ ਆ ਨਾ, ਜਿਹੜੇ ਸਮਾਜ ਸੋਹਣੇ ਆ, ਜਿਹੜੇ ਸਾਨੂੰ ਸਵਰਗ ਵਰਗੇ ਲੱਗਦੇ ਆ, ਉਹਨਾਂ ਲੋਕਾਂ ਕਰਕੇ ਆ ਜਿਹੜੇ ਆਪਣੇ ਆਪ ਨੂੰ ਨੀਵਾਂ ਕਰਕੇ ਦੇਸ਼ ਨੂੰ, ਸਮਾਜ ਨੂੰ, ਲੋਕਾਂ ਦੀ ਭਲਾਈ ਦੇ ਲਈ ਕੰਮ ਕਰਨ ਵਾਲੇ ਆ। ਠੀਕ ਹੈ ਜੀ। ਉਹਨਾਂ ਦੇ ਹੱਕ ਕਿੰਨੇ? ਉਹਨਾਂ ਨੂੰ ਤਨਖਾਹਾਂ ਤਾਂ ਬਹੁਤ ਜ਼ਿਆਦਾ ਮਿਲ ਸਕਦੀਆਂ ਸੀ, ਹੋਰ ਕਿਸੇ ਪਾਸੇ ਚਲ ਜਾਂਦੇ। ਬਿਲਕੁਲ। ਹਨਾ, ਹੁਣ ਜਿਹੜੇ ਸਾਇੰਸਦਾਨ ਆ ਜਿਹੜੇ ਉਸ ਪਾਸੇ ਜਾਂਦੇ, ਜ਼ਰੂਰੀ ਥੋੜਾ ਉਹਨਾਂ ਦੀ ਤਨਖਾਹ ਜ਼ਿਆਦਾ ਹੋਵੇ, ਜੇ MBA ਕਰਕੇ ਬਿਜ਼ਨਸ ਚਲੇ ਜਾਣ। ਹਾਂਜੀ ਹਾਂਜੀ ਬਿਲਕੁਲ। ਜੇ ਪੋਲੀਟਿਕਸ ਵਿੱਚ ਚਲੇ ਜਾਣ, MPਆਂ ਦੀ ਤਨਖਾਹ ਕਿੰਨੀ ਹੁੰਦੀ ਹੈ, ਮਿਨਿਸਟਰਾਂ ਦੀ ਕਿੰਨੀ ਹੁੰਦੀ ਹੈ? ਰਾਈਟ। ਹੁਣ ਮਿਨਿਸਟਰਾਂ ਦੇ ਕੋਲ, ਸਾਰਿਆਂ ਦੇ ਕੋਲ ਕਿਤੇ ਇੰਨੀ ਲਿਆਕਤ ਹੁੰਦੀ ਜਿੰਨੀ ਸਾਇੰਸਦਾਨਾਂ ਕੋਲ ਹੁੰਦੀ ਹੈ, ਡਾਕਟਰਾਂ ਕੋਲ ਆ, ਇੰਜੀਨੀਅਰਾਂ ਕੋਲ ਆ? ਨਹੀਂ ਨਹੀਂ। ਬਸ ਉਹ ਚੀਜ਼ ਜਾਣੀ, ਸਾਡਾ ਇਹਨਾਂ ਦਾ ਇਹ ਫਰਕ ਆ, ਇਹ ਲੋਕ ਫਰਜ਼ਾਂ ਪ੍ਰਤੀ ਸੁਚੇਤ ਆ, ਅਸੀਂ ਹੱਕਾਂ ਪ੍ਰਤੀ ਸੁਚੇਤ ਆ। ਘਰ ਦੇ ਵਿੱਚ ਤੁਸੀਂ ਹਸਬੈਂਡ ਵਾਈਫ ਦੇ ਨਾਲ ਦੇਖ ਲਿਓ, ਜਿਹੜੀ ਇੱਕ ਪਤਨੀ ਵਿਆਹ ਹੋ ਕੇ ਆਉਂਦੀ ਆ, ਆਉਂਦੀ ਆਪਣੇ ਫਰਜ਼ ਨਿਭਾਉਣ ਲੱਗ ਪਵੇ, ਤੇ ਉਹਦੇ ਨਾਲ ਧੱਕਾ ਕਰਕੇ ਦੇਖ ਲਿਓ, ਸਾਰਾ ਸਮਾਜ ਇੱਕ ਪਾਸੇ ਖੜ ਜਾਊ। ਬਿਲਕੁਲ ਸਹੀ ਗੱਲ। ਹੁਣ ਜਿਹੜੀ ਵੋਟੀ ਆਉਂਦੀ ਆ ਡਰੀਓ ਆ ਵੀ ਜੇ ਮੈਂ ਉੱਠ ਕੇ ਸਵੇਰੇ ਚਾਹ ਬਣਾਤੀ ਤਾਂ ਕੰਮ ਵੀ ਨਹੀਂ, ਤਾਂ ਆਦਤ ਪਾ ਲੈਣੀ, ਫੜ ਲੈਣੀ ਆ, ਮੈਨੂੰ ਤਾਂ ਨਹੀਂ ਰੋਜ਼ੇ ਟੁੱਕਣ ਲੱਗ ਪੈਣਾ। ਰਾਈਟ ਰਾਈਟ। ਠੀਕ ਹੈ, ਕਿਤੇ ਵੀ ਹੋਈਏ ਅਸੀਂ, ਅਸੀਂ ਨਾ ਸਾਨੂੰ ਸੋਹਣੇ ਲੱਗਣ ਲਈ, ਸਾਨੂੰ ਦੂਜੇ ਦੀ ਪਸੰਦ ਬਣਨ ਲਈ, ਦੂਜੇ ਦੇ ਅੰਦਰ ਧੱਸਣ ਲਈ, ਉਹਦੀਆਂ ਅੱਖਾਂ 'ਚ ਪ੍ਰਵਾਨ ਚੜ੍ਹਨ ਲਈ ਆਪਣੇ ਫਰਜ਼ ਨਿਭਾਉਣੇ ਪੈਣੇ ਆ। ਰਾਈਟ। ਉਹਦੇ ਨਾਲ ਸਭ ਤੋਂ ਵੱਡੀ ਵੱਡੀ ਗੱਲ ਪ੍ਰਾਪਤੀ ਪਤਾ ਕੀ ਹੁੰਦੀ ਵੀਰਾ? ਮੈਂ ਨਾ ਅੱਜ ਸਵੇਰੇ ਪੜ੍ਹਿਆ, ਉਹ ਕਹਿੰਦੇ ਜਿਹੜੀ ਅਸ਼ਾਂਤੀ ਆ ਨਾ ਸਾਡੇ ਆਪਣੇ ਅੰਦਰ, ਸਾਡੀ ਡਿਸਟਰਬੈਂਸ ਆ, ਉਹ ਸਾਡੇ ਇਮਿਊਨ ਸਿਸਟਮ ਨੂੰ ਵੀ ਕਮਜ਼ੋਰ ਕਰ ਦਿੰਦੀ ਆ। ਅੱਛਾ ਜੀ। ਕਿਉਂਕਿ ਜਿਹੜੇ ਸਰੀਰ ਦੀ ਸ਼ਕਤੀ ਨੇ, ਸਰੀਰ ਦੇ ਸੈੱਲਾਂ ਨੇ, ਬਾਹਰੋਂ ਆਈ ਵਾਇਰਸ ਨਾਲ ਲੜਨਾ ਸੀ, ਉਹ ਜਿਹੜੀ ਸਾਡੇ ਅੰਦਰ ਕਿਸੇ ਪ੍ਰਤੀ ਈਰਖਾ ਆ, ਠੀਕ ਹੈ, ਉਹ ਉਧਰ ਵੇਸਟ ਹੋ ਰਹੀ ਹੈ ਐਨਰਜੀ, ਉਧਰ ਉਹਨੂੰ ਬਾਲਣ ਵਿੱਚ ਲੱਗਿਓ ਆ ਉਹ। ਬਿਲਕੁਲ। ਹੁਣ ਜੇ ਜੇ ਅਸੀਂ ਫਰਜ਼ਾਂ ਪ੍ਰਤੀ ਸੁਚੇਤ ਹੋਵਾਂਗੇ ਨਾ, ਫਿਰ ਸਾਡੇ ਚ ਸਹਿਣਸ਼ੀਲਤਾ ਵੱਧ ਜਾਣੀ ਆ। ਸ਼ਾਂਤੀ ਆਪਣੇ ਆਪ ਹੀ ਰਹਿਣੀ ਆ, ਓਬਜੈਕਸ਼ਨ ਦੂਜੇ ਤੇ ਇਲਜ਼ਾਮ ਲਾਉਣ ਦੀ ਬਿਰਤੀ ਤੇ ਕਾਬੂ ਹੋ ਜਾਣਾ ਆ, ਸਾਨੂੰ ਆਪਣੇ ਆਪ ਬਾਰੇ ਲੱਗਣ ਲੱਗ ਪੈਣਾ ਵੀ ਮੈਂ ਆਹ ਵੀ ਕਰ ਸਕਦਾ ਆ ਯਾਰ, ਮੈਂ ਆਹ ਵੀ ਕਰ ਸਕਦਾ, ਮੈਂ ਆਹ ਕਿਉਂ ਨਹੀਂ ਕਰਦਾ, ਆਹ ਤਾਂ ਮੈਂ ਕਰ ਸਕਦਾ, ਤੁਸੀਂ ਪਰੇ ਹੋਵੋ, ਮੈਂ ਕਰਾਂ ਬਈ। ਬਿਲਕੁਲ ਬਿਲਕੁਲ। ਜਿਹਦੇ ਅੰਦਰ ਵੀ ਨਾ ਆਤਮ ਵਿਸ਼ਵਾਸ ਦੀ ਘਾਟ ਹੋਵੇ, ਜੇ ਕਿਤੇ ਉਹ ਆਪਣੇ ਆਪ ਨੂੰ ਵਲੰਟੀਅਰ ਬਣਾ ਕੇ ਪੇਸ਼ ਕਰਨਾ ਸ਼ੁਰੂ ਕਰ ਦੇਵੇ, ਜਿਹੜੀ ਸਥਿਤੀ ਵਿੱਚ ਵੀ ਹੋਵੇ, ਜਿੱਥੇ ਵੀ ਹੋਵੇ, ਉੱਥੇ ਕਹੇ ਵੀ ਪਰੇ ਹੋਵੋ ਮੈਂ ਕਰਦਾ, ਮੈਨੂੰ ਸਿਖਾਓ ਮੈਂ ਕਰਦਾ, ਠੀਕ ਹੈ, ਤੁਸੀਂ ਆਪਣਾ ਕੌਨਫੀਡੈਂਸ ਉਹਦਾ ਦੇਖਿਓ ਕਿੰਨਾ ਵੱਧਦਾ, ਦੂਜਿਆਂ ਦੀ ਨਿਗਾਹ 'ਚ ਪ੍ਰਮਾਣ ਕਿੰਨਾ ਚੜੂਗਾ, ਸਾਰੇ ਪਿਆਰ ਕਰੂਗੇ ਉਹਨੂੰ, ਸਾਰੇ ਕਹਿਣਗੇ ਤੂੰ ਮੇਰੀ ਟੀਮ 'ਚ ਆ ਜਾ, ਮੇਰੇ ਨਾਲ ਆ ਜਾ।
ਬਿਲਕੁਲ ਬਿਲਕੁਲ। ਹੁਣ ਜੇ ਸਾਡੀ ਲੜਕੀ ਹੋਵੇ ਉਹ ਜੇ ਕਿਚਨ ਦਾ ਕੰਮ ਹੋਵੇ ਉੱਥੇ ਜਾ ਕੇ ਲੱਪਵੇ, ਕਿਸੇ ਦੇ ਵਿਆਹ ਚ ਜਾਵੇ ਉੱਥੇ ਜ਼ਿੰਮੇਵਾਰੀ ਨਿਭਾਵੇ, ਕੀ ਕੋਈ ਬੰਦਾ ਚਾਹੂਗਾ ਵੀ ਉਹਦਾ ਰਿਸ਼ਤਾ ਨਾ ਮਿਲੇ ਉਹਨੂੰ? ਨਹੀਂ ਨਹੀਂ ਬਿਲਕੁਲ ਨਹੀਂ। ਤੇ ਉਹ ਜਦੋਂ ਘਰੇ ਜਾਊਗੀ, ਜਿਹਦੇ ਵਿਆਹ ਹੋ ਕੇ ਜਾਊਗੀ, ਉਹ ਚਾਹੁਣਗੇ ਪੇ ਤੂੰ ਇੰਨਾ ਕੰਮ ਕਰਾਈਏ ਪੇ ਬਿਮਾਰ ਪੈ ਜਾਵੇ ਇਹ? ਜਿੱਦਣ ਕਿਤੇ ਉਹ ਬਿਮਾਰ ਹੋ ਗਈ ਕਿ ਘਰ ਦੇ ਕੇਅਰ ਨਾ ਕਰਨਗੇ ਉਹਦੀ? ਛੇਤੀ ਚਲੋ ਹਸਪਤਾਲ ਭਾਈ, ਦਵਾਈ ਲਾਓ ਇਹਦੇ ਲਈ। ਬਿਲਕੁਲ ਕੇਅਰ ਕਰਨਗੇ। ਜਿੱਦਣ ਉਹਦਾ ਸਰੀਰ ਕਮਜ਼ੋਰ ਪੈਣ ਲੱਗੇ, ਵਾਪਸ ਆ ਗਏ ਉਹਦੇ, ਜਿੱਦਣ ਕਮਜ਼ੋਰ ਪੈਣ ਲੱਗੇ ਉਹਦੀ ਖੁਰਾਕ ਦਾ ਖਿਆਲ ਨਹੀਂ ਕਰਨਗੇ ਉਹ? ਨਹੀਂ ਬਿਲਕੁਲ ਕਰਨਗੇ, ਕਿਉਂਕਿ ਉਹਨੇ ਜ਼ਿੰਮੇਵਾਰੀਆਂ ਨਿਭਾਈਆਂ। ਹੁਣ ਤੁਸੀਂ ਜਿਹੜੀ ਕੰਪਨੀ ਚ ਕੰਮ ਕਰਦੇ ਆ ਉੱਥੇ ਜਿਹੜੇ ਬੰਦੇ ਸਾਰੀ ਆਪਣੇ ਆਪਣੀ ਜ਼ਿੰਮੇਵਾਰੀ ਤੋਂ ਆਪਣੇ ਫਰਜ਼ ਤੋਂ ਜਦੋਂ ਨਾ ਵਾਧੂ ਕਰਨ ਲੱਗ ਪੈਂਦੇ ਆ ਤੁਸੀਂ, ਉਦੋਂ ਉਦੋਂ ਤੁਸੀਂ ਦੂਜੇ ਦੇ ਅੰਦਰ ਧੱਸਦੇ ਆ। ਬਿਲਕੁਲ ਬਿਲਕੁਲ। ਉਦੋਂ ਚਾਹਤ ਬਣਦੇ ਆ ਤੁਸੀਂ ਦੂਜਿਆਂ ਦੀ। ਹਾਂਜੀ ਠੀਕ ਹੈ। ਉਹ ਬਸ ਇਹ ਹੁਣ ਇਹ ਤਾਂ ਸਾਨੂੰ ਇਹ ਲੱਗਦਾ ਆ ਵੀ ਜਿੰਨਾ ਹੈਗਾ ਹੈ, ਜੇ ਹੁਣ ਮੇਰੀ ਸਮੁੱਕੋ 15 ਮਿੰਟ ਦੀ ਆ, ਮੇਰੀ ਬ੍ਰੇਕ 15 ਮਿੰਟ ਦੀ ਆ, ਤਾਂ ਮੈਂ 20 ਲਾਵਾਂ। ਹਾਂਜੀ ਹੁਣ ਜਿਹੜੇ ਸਿਆਣੇ ਬੰਦੇ ਨਾ, ਜਿਹੜੇ ਇੰਟੈਲੀਜੈਂਟ ਬੰਦੇ ਆ, ਮੈਂ ਦੇਖਦਾ ਉਹਨਾਂ ਕੰਮ ਤੇ, ਜਿਹੜੇ ਮੈਨੇਜਰ ਆ ਸਾਡੇ, ਉਹ ਜਦੋਂ ਇਦਾਂ ਨਾ ਲੰਘਦੇ ਆ ਫੈਕਟਰੀ ਦੇ ਵਿੱਚ, ਉਦੋਂ ਵੀ ਤੁਰੇ ਜਾਂਦੇ ਵੀ ਇਦਾਂ ਰਾਹ ਦੇ ਵਿੱਚ ਕੋਈ ਚੀਜ਼ ਪਈ ਆ ਇਦਾਂ ਚੱਕ ਕੇ ਉਹਨੂੰ ਪਰੇ ਰੱਖ ਦੇਣਗੇ, ਰਬਿਸ਼ ਪਿਆ ਉਹ ਚੱਕ ਕੇ ਲੈ ਜਾਣਗੇ, ਜਾਂਦੇ ਹੋਏ ਬਿੰਨ ਸਿੱਟ ਦੇਣਗੇ। ਹਾਂਜੀ ਬਸ ਉਹ ਉਸ ਵੇਲੇ ਪਤਾ ਲੱਗਦਾ ਵੀ ਮੈਨੇਜਰ ਕਿੱਦਾਂ ਬਣਿਆ, ਇਹ ਇਦਾਂ ਬਣਿਆ। ਬਿਲਕੁਲ ਬਿਲਕੁਲ ਠੀਕ ਹੈ। ਸਾਡੇ ਅੰਦਰ ਇਦਾਂ ਹੁੰਦੀ ਆ, ਅਸੀਂ ਥੱਲੇ ਖੜੇ ਵੀ ਸਫਾਈ ਕਰਦੇ ਵੀ ਸਾਨੂੰ ਡਰ ਹੀ ਲੱਗਦਾ ਹੁੰਦਾ ਵੀ ਜੇ ਮੈਂ ਬਰੂਮ ਤਾਂ ਮੈਂ ਮਾਰ ਰਿਹਾ, ਪਰ ਜੇ ਮੈਂ ਹੱਥ ਲਾਤਾ ਥੱਲੇ ਤੇ ਅਗਲੇ ਨੇ ਕਹਿਣਾ ਲੈ ਇਹ ਤਾਂ ਝਾੜੂ ਕਰਦਾ। ਹਾਂਜੀ ਬਿਲਕੁਲ ਠੀਕ ਹੈ। ਬਸ ਉਹ ਸਿੱਧਾ ਜਿਹਾ ਨੁਕਤਾ ਹੈ ਵੀਰਾ, ਇਹ ਨਹੀਂ, ਇਹ ਤਾਂ ਸਾਨੂੰ ਸਾਨੂੰ ਇੱਥੋਂ ਸ਼ੁਰੂ ਕਰਨਾ ਪੈਣਾ, ਜਾਣੀ ਇਹ ਸ਼ੁਰੂ ਆ ਪਿਆ। ਮੈਂ ਦੱਸਦਾ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਵਲੰਟੀਅਰ ਹੋਣ ਲਈ, ਇੱਕ ਦੂਜੇ ਦੀ ਹੈਲਪ ਕਰਨ ਲਈ, ਉਹਨਾਂ ਦੇ ਅੰਦਰ ਦਇਆ ਪਾਲਣ ਲਈ, ਖਿਮਾ ਕਰਨ ਲਈ ਉਹ ਤਿਆਰ ਕਰਦੇ ਆ ਵੀ ਗਲਤੀ ਹੋ ਗਈ ਆ, ਝਗੜਾ ਹੋ ਗਿਆ, ਇਹਨੂੰ ਭੁੱਲ ਜਾਓ ਹੁਣ। ਬਿਲਕੁਲ ਬਿਲਕੁਲ। ਤਾਂ ਇਹ ਦੇਸ਼ ਸੋਹਣੇ ਆ, ਜਾਣੀ ਇਹ ਨਹੀਂ ਹੈਗਾ ਵੀ ਇੱਦਾਂ ਸਾਡੇ ਬੱਚਿਆਂ ਨੂੰ ਦਬਾਉਣ ਦੇ ਲਈ ਕਰਦੇ, ਨਹੀਂ, ਉਹਨਾਂ ਦਾ ਮੋਟੋ ਹੀ ਇਹ ਆ ਉਹਨਾਂ ਦਾ ਆਪਣਾ।